ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਚ ਅਕਾਲੀ ਦਲ ਦੇ ਆਗੂ ਦਿਆ ਸਿੰਘ ਗੋਲੀਆਂ ਵਾਲੀ ਦੇ ਹੱਕ ਚ ਨਿੱਤਰ ਕੇ ਸਾਹਮਣੇ ਆਏ, ਜਿਸ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਗੋਲੀਆਂ ਵਾਲੀ ਪਹੁੰਚ ਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਕਾਂਗਰਸ ਸਰਕਾਰ ਤੇ ਤੰਜ ਕਰਦਿਆਂ ਕਿਹਾ ਕਿ ਕਾਂਗਰਸੀਆਂ ਵੱਲੋਂ ਗੋਲੀਆਂ ਵਾਲੀ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਸ ਕਰਕੇ ਉਹ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਜਿਹੜਾ ਇਸ਼ੂ ਹੈ ਨਾ, ਜੋ ਅਸੀਂ ਇੱਥੇ ਆਏ ਹਾਂ, ਇਹ ਜਥੇਦਾਰ ਦਿਆਲ ਸਿੰਘ ਕੋਲੇ ਵਾਲੀ ਨਾਲ ਜੋ ਪਿਆਰ ਹੈ, ਸਤਿਕਾਰ ਹੈ, ਉਸ ਵਾਸਤੇ ਇੱਥੇ ਔਰ ਉਹਨਾਂ 'ਤੇ ਸਰਕਾਰ ਨੇ ਇੱਕ ਝੂਠਾ ਮੁਕੱਦਮਾ ਬਣਾਇਆ ਹੈ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਪੰਚਾਇਤੀ ਚੋਣਾਂ 'ਚ ਡਟ ਕੇ ਮੁਕਾਬਲਾ ਕਰਨਗੇ, ਉਹ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਨਹੀਂ ਡਰਦੇ। ਦੂਜਾ ਵੀ ਹੈ ਕਿ ਪੰਚਾਇਤੀ ਇਲੈਕਸ਼ਨ ਹੈ, ਅੱਗੇ ਤਾਂ ਸਾਰਾ ਸਰ ਦਿਆਲ ਸਿੰਘ ਹੋਰੀ ਸੰਭਾਲ ਲੈਂਦੇ ਸਨ ਇੱਥੇ, ਅਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਨ ਵਾਸਤੇ ਆਇਆ ਕਿ ਉਹ ਚੰਗੇ ਕੈਂਡੀਡੇਟ ਖੜ੍ਹੇ ਕਰੋ। ਅੱਗੇ ਵੀ ਮੈਂ ਵਧਾਈ ਵੀ ਇਹਨਾਂ ਨੂੰ ਦਿੰਦਾ ਕਿ ਜਿਹੜੇ ਸੰਮਤੀ ਦੇ ਇਲੈਕਸ਼ਨ ਸਨ ਉਹ ਇਹਨਾਂ ਨੇ ਮੇਰਾ ਖਿਆਲ ਹੈ ਕਿ 90% ਜਿੱਤੇ ਹਨ। ਹਾਂਜੀ, ਅਤੇ ਹੁਣ ਵੀ ਪੰਚਾਇਤ ਇਲੈਕਸ਼ਨ 'ਚ ਇਹ ਉਸੇ ਤਰ੍ਹਾਂ ਹੀ ਸਾਰੇ ਇਕੱਠੇ ਹੋ ਕੇ ਪਿੰਡਾਂ ਵਾਲੇ ਆਪ ਹੀ ਆਪਣਾ ਜਿਹੜਾ ਕੈਂਡੀਡੇਟ ਹੈ, ਸਾਰੇ ਅਕਾਲੀ ਪਾਰਟੀ ਦੇ ਜੋ ਨੁਮਾਇੰਦੇ ਹੈ ਉਹ ਆਪਣਾ ਮੈਂਬਰ ਅਤੇ ਸਰਪੰਚ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਸਾਰੇ ਸਮਝਣ ਠੀਕ। ਦੇਖਿਆ ਜਾਵੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸਤ ਖੂਬ ਗਰਮਾਈ ਹੋਈ ਹੈ, ਹਾਲਾਂਕਿ 30 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਤੇ ਰੋਸ ਵੀ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ 'ਚ ਪੰਚਾਇਤੀ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਦਸੰਬਰ ਦੇ ਪਿਛਲੇ ਦਿਨ ਸੋਗ ਦਿਵਸ ਵਜੋਂ ਮਨਾਏ ਜਾਂਦੇ ਨੇ, ਪਰ ਫਿਲਹਾਲ ਇਹਨਾਂ ਚੋਣਾਂ ਦਾ ਸਮਾਂ ਨਹੀਂ ਬਦਲਿਆ ਗਿਆ। ਸ੍ਰੀ ਮੁਕਤਸਰ ਸਾਹਿਬ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।